ਮੋਰਿੰਡਾ ਬਿਆਦਵੀ ਦਾ ਸੇ ਕਹALLE ਦਿਲਾਂ ਦੇ ਵਿੱਚ ਸੀ ਸਿੱਖ ਸੰਗਤਾਂ ਦੇ ਤੇ ਇੱਕ ਹੋਰ ਬਿਆਦਵੀ ਹੋ ਗਈ ਹੈ ਜੀ ਦੋਸ਼ੀ ਵੀ ਫੜ ਲਿਆ ਕੀ ਮਾਜਰਾ ਹੈ ਵੇਖੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ ਬੜਾ ਦੁਖਦ ਹੈ ਪੰਜਾਬ ਦੀ ਧਰਤੀ ਤੇ ਇਹ ਸਭ ਕੁਝ ਵਾਪਰੇ ਇਹ ਉਸ ਤੋਂ ਵੀ ਜ਼ਿਆਦਾ ਦੁਖਦ ਹੈ ਵੈਸੇ ਕਿਤੇ ਵੀ ਧਰਤੀ ਤੇ ਹੋਵੇ ਸਾਰੇ ਧਰਮ ਜਿਹੜੇ ਆ ਉਹ ਸਤਕਾਰ ਯੋਗ ਨੇ ਸਨਮਾਨ ਯੋਗ ਨੇ ਕਿਸੇ ਵੀ ਧਰਮ ਦੇ ਵਿੱਚ ਬੇਹਰਮਤੀ ਨਹੀਂ ਹੋਣੀ ਚਾਹੀਦੀ ਪਰ ਪੰਜਾਬ ਦੀ ਧਰਤੀ ਤੇ ਇਹ ਵਾਰ-ਵਾਰ ਵਰਤਾਰਾ ਵਾਪਰ ਰਿਹਾ ਸੋ ਇਹ অতি ਦੁਖਦਿਆ ਖੈਰ ਇਹ ਅੱਜ ਦੀ ਜਿਹੜੀ ਇਹ ਘਟਨਾ ਵਾਪਰੀਆ ਇਹ ਵਾਪਰੀ ਹੈ ਜੀ ਗੁਰਦਾਸਪੁਰ ਦੇ ਪਿੰਡ ਸ਼ਹੂਰ ਕਲਾਂ ਦੇ ਵਿੱਚ ਤੇ ਜਿੱਥੇ ਦੱਸਦੇ ਆ ਕਿ ਇਹ ਉਦੋਸ਼ੀ ਨੇ ਘਰ ਦੇ ਵਿੱਚ ਰੱਖੇ ਗੁਟਕਾ ਸਾਹਿਬ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਜਿਸ ਤੋਂ ਬਾਅਦ ਫਿਰ ਪਿੰਡ ਵਾਲਿਆਂ ਨੇ ਹੁਣ ਕਿਉਂਕਿ ਤੁਹਾਨੂੰ ਪਤਾ ਹਾਲਾਤ ਵੈਸੇ ਵੀ ਸੈਂਸਿਟਿਵ ਨਹੀਂ ਇਹਨਾਂ ਮਾਮਲਿਆਂ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਤਾਂ ਉਹ ਜਿਹੜੇ ਫਿਰ ਲੋਕ ਸੀ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨੂੰ ਫਿਰ ਇਹਨਾਂ ਨੇ ਫੜ ਲਿਆ ਹੋ ਸਕਦਾ ਕਿ ਕੁੱਟਮਾਰ ਵੀ ਮਾੜੀ-ਮੋਟੀ ਹੋਈ ਹੋਵੇ ਕਿਉਂਕਿ ਪਤਾ ਨਹੀਂ ਹੁੰਦਾ ਲੋਕ ਗੁੱਸੇ ਦੇ ਵਿੱਚ ਕੁੱਟ ਦਿੰਦੇ ਆ ਭਾਈ ਅੱਜ ਕੱਲ ਇਹ ਵੀ ਕੰਮ ਚੱਲਦਾ ਪਿਆ ਤਾਂ ਇਸ ਤੋਂ ਬਾਅਦ ਫਿਰ ਦੱਸਦੇ ਆ ਕਿ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਅਗਲੀ ਤਫ਼ਤੀਸ਼ ਜਿਹੜੀ ਆ ਉਹ ਕਰਨ ਚ ਜੁਟ ਗਈ ਆ ਖੈਰ ਵੇਖੋ ਗੱਲ ਇਹ ਆ ਕਿ ਇੱਕ ਤਾਂ ਹੁਣ ਇਸ ਮਾਮਲੇ ਚ ਇਨੀ ਪਤਾ ਲੱਗ ਰਿਹਾ ਕਿ ਉਸਨੇ ਅਜਿਹਾ ਕਿਉਂ ਕੀਤਾ ਕਿਉਂਕਿ ਕਿਉਂ ਕੀਤਾ ਇਸ ਦਾ ਜਵਾਬ ਨਹੀਂ ਮਿਲਦਾ ਇਹੀ ਕਾਰਨ ਆ ਕਿ ਫਿਰ ਜੋ ਸੰਗਤ ਹੁੰਦੀ ਆ ਜਾਂ ਜਿਹੜੇ ਪੈਰਵਕਾਰ ਹੁੰਦੇ ਨੇ ਧਰਮ ਦੇ ਉਹ ਬੇਚੈਨ ਹੁੰਦੇ ਨੇ ਕਿ ਵਜਾ ਤੇ ਸਾਨੂੰ ਦੱਸੋ ਨਾ ਪੁਲਿਸ ਸਪਸ਼ਟ ਨਹੀਂ ਕਰਦੀ ਉਹਦੇ ਵੀ ਕਈ ਕੈ ਲੋਕੇ ਗਵਰਨਮੈਂਟ ਪਦਰ ਤੇ ਜਾਂ ਸਿਆਸੀ ਪਦਰ ਤੇ ਕਾਰਨ ਹੁੰਦੇ ਨੇ ਪਰੰਤੂ ਗੱਲ ਇਹ ਹੈ ਕਿ ਸਾਰਾ ਕੁਝ ਜਿਹੜਾ ਵਾਪਰ ਰਿਹਾ ਹੈ ਤੇ ਕਾਰਨ ਤਾਂ ਜਾਣਨੀ ਜ਼ਰੂਰੀ ਹੈ ਨਾ ਕਿ ਮਤਲਬ ਸਾਡੇ ਘਰ ਦੇ ਵਿੱਚ ਕੋਈ ਧਾਰਮਿਕ ਪੋਥੀ ਪਈ ਆ ਕੋਈ ਗੁਟਕਾ ਸਾਹਿਬ ਪਿਆ ਕੁਝ ਵੀ ਮਤਲਬ ਕਿ ਕੋਈ ਵੀ ਧਾਰਮਿਕ ਗ੍ਰੰਥ ਮਾੜਾ ਨਹੀਂ ਹੁੰਦਾ ਸੋ ਪਿਆ ਜੇ ਮਨ ਲੋ ਘਰ ਦੇ ਵਿੱਚ ਹੁਣ ਘਰ ਆਇਆ ਘਰ ਦੇ ਵਿੱਚ ਤੇ ਅਭੀ ਨਾ ਵੀ ਹੋ ਹੀ ਜਾਂਦੀ ਆ ਉੱਚੇ ਨੀਚੇ ਕਈ ਵਾਰ ਆਪਸ ਦੇ ਵਿੱਚ ਹੁੰਦੀ ਆ ਤੇ ਕੀ ਇਹਦਾ ਮਤਲਬ ਹੈ ਕਿ ਅਸੀਂ ਆਪਣਾ ਜਿਹੜਾ ਹੁਣ ਗੁੱਸਾ ਹੈ ਆਪਣੀ ਖੇਜਿਆ ਜਿਹੜੀ ਉਹ ਇਦਾਂ ਕੱਢਣੀ ਸਟਾਰਟ ਕਰ ਦੇਵਾਂਗੇ ਤਾਂ ਇਹ ਆਪਣੇ ਆਪ ਚ ਫਿਰ ਇੱਕ ਬੜਾ ਸੋਚਣ ਦਾ ਵਿਸ਼ਾ ਹੈ ਵਿਚਾਰਨ ਦਾ ਵਿਸ਼ਾ ਕਿ ਚਲੋ ਅਸੀਂ ਗੁਰੂ ਘਰਾਂ ਦੇ ਵਿੱਚ ਤੇ ਪਹਿਰੇਦਾਰ ਠੱਲ ਦੇਾਂਗੇ ਜਾਂ ਕੁਝ ਹੋਰ ਅਸੀਂ ਯਤਨ ਅਰੰਭ ਦੇਵਾਂਗੇ ਤੇ ਚਲੋ ਅਮਲ 'ਚ ਲਿਆਵਾਂਗੇ ਕਿ ਅਸੀਂ ਘਰਾਂ 'ਚ ਰੱਖੇ ਗੁਟਕਾ ਸਾਹਿਬ ਜਿਹੜੇ ਆ ਉਹ ਅਸੀਂ ਫਿਰ ਬੇਹਰਮਤੀ ਤੋਂ ਬਚਾ ਸਕਦੇ ਹਾਂ ਕਿਉਂਕਿ ਅੱਗੇ ਵੀ ਬਹੁਤ ਵਾਰੀ ਇਹੋ ਜੀਆਂ ਗੱਲਾਂ ਜਿਹੜੀਆਂ ਉਹ ਵਾਪਰੀਆਂ ਨੇ ਕਿਸੇ ਨੇ ਕਿਸੇ ਨੂੰ ਫਸਾਉਣ ਵਾਸਤੇ ਗੁਰੂ ਘਰ ਦੇ ਵਿੱਚ ਖੇਬੜ ਬਾਜ਼ੀ 'ਚ ਬੇਅਦਬੀ ਕੀਤੀ ਜਾਂ ਕਰਵਾਈ ਇਹ ਇਹ ਚੀਜ਼ਾਂ ਜਿਹੜੀਆਂ ਸਾਨੂੰ ਕਾਫੀ ਸੋਚਣ ਵਾਸਤੇ ਮਜਬੂਰ ਕਰਦੀਆਂ ਪਰ ਇਸ ਤੋਂ ਇਲਾਵਾ ਮੋਰਿੰਡਾ ਵੀ ਅਦਵੀ ਦੇ ਦੋਸ਼ੀ ਤੇ ਵੀ ਕਹਿੰਦੇ ਕਿ ਅੱਜ ਅਟੈਂਪਟ ਹੋਈ ਆ ਉਹਨੂੰ ਮਾਰਨ ਦੀ ਸ਼ੈਦ ਕੋਈ ਵਕੀਲ ਦੇ ਰੂਪ ਦੇ ਵਿੱਚ ਸੀ ਜਾਂ ਵਕੀਲ ਸੀ ਕਿਉਂਕਿ ਹਾਲੇ ਖਬਰਾਂ ਖੁੱਲ ਕੇ ਨਹੀਂ ਆ ਰਹੀਆਂ ਪਰ ਬੰਦਾ ਜ਼ਰੂਰ ਫੜਿਆ ਜਿੱਤੇ ਕੋਲ ਦੱਸਦੇ ਆ ਕਿ ਵੈਪਨ ਸੀ ਹੁਣ ਕਿਹੜਾ ਵੈਪਨ ਸੀਗਾ ਵੈਸੇ ਤੇ ਪਿਸਤੌਲ ਦੱਸਦੇ ਆ ਉਹਦਾ ਹਾਲੇ ਪਤਾ ਨਹੀਂ ਲੱਗਿਆ ਖੁਲਾਸਾ ਨਹੀਂ ਹੋਇਆ ਪਰ ਫੋਟੋਆਂ ਜ਼ਰੂਰ ਵਾਇਰਲ ਹੋ ਗਈਆਂ ਕਿ ਉਹਨੂੰ ਪਕੜ ਲਿਆ ਗਿਆ ਮੌਕੇ ਤੇ ਫੜ ਲਿਆ ਗਿਆ ਸੋ ਇਹ ਵੀ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਖਬਰ ਜਾਪਦੀ ਆ ਜੇ ਦੇਖੀਏ ਗੁਰਪ੍ਰੀਤ ਜੀ ਕਿ ਜਿਸ ਤਰੀਕੇ ਦੇ ਨਾਲ ਇਹ ਇਸ ਤਰ੍ਹਾਂ ਦੀ ਕੋਈ ਅਟੈਂਪਟ ਬਾਰੇ ਦਾਵਾ ਕੀਤਾ ਜਾ ਰਿਹਾ ਤਾਂ ਇਹ ਵੀ ਬਹੁਤ ਵੱਡੀ ਖਬਰ ਆ ਬਹੁਤ ਵੱਡੀ ਖਬਰ ਆ ਕਿਉਂਕਿ ਸਕਿਉਰਿਟੀ ਬਹੁਤ ਸੀ باوجود ਇਸ ਦੇ ਇਹ ਸਾਰਾ ਕੁਝ ਹੋ ਰਿਹਾ ਤੇ ਜੇ ਕੋਈ ਇਦਾਂ ਦੀ ਗੱਲ ਹੋ ਜਾਂਦੀ ਉਹਦੇ 'ਚ ਵੇਖੋ ਹੁਣ ਗੱਲ ਕੀ ਹੈ ਕਿ ਨੁਕਸਾਨ ਵੀ ਸਾਡੀ ਸ਼ੋਭੀ ਦਾ ਸਾਡੇ ਸਿੱਖਾਂ ਦਾ ਜੇ ਮੰਨ ਲਓ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਵਾਇਲੈਂਸ ਜ਼ਿਆਦਾ ਹੁੰਦੀ ਹੈ ਜਾਂ ਕੋਈ ਕਤਲੋਕਾਰਤ ਹੁੰਦੀ ਹੈ ਉਦਾਨਾ ਖਾਸਤਾ ਤੇ ਉਹਦੇ ਚ ਸਾਨੂੰ ਹੀ ਹਿੰਸਕ ਕਹਿਣਾ ਲੋਕਾਂ ਨੇ ਸਾਡੇ ਸਿੱਖਾਂ ਨੂੰ ਹੀ ਹਿੰਸਕ ਕਹਿਣਾ ਤੇ ਜਦ ਕਿ ਬੇਹਰਮਤੀ ਵੀ ਜਜ਼ਬਾਤੀ ਤੌਰ ਤੇ ਵੀ ਬਲੁੰਦਰਨਾ ਤੇ ਉਹੀ ਸਿੱਖਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਹ ਲੋ ਕਿ ਸੋਚ ਵਿਚਾਰਨ ਦੀ ਗੱਲਬਾਤ ਹੈ ਤਾਂ ਦੇਖੋ ਹੁਣ ਅੱਗੇ ਕੀ ਬਣਦਾ ਪਰ ਇਸ ਦੋਸ਼ੀ ਬਾਰੇ ਹਾਲੇ ਤੱਕ ਸਪਸ਼ਟ ਨਹੀਂ ਹੋਇਆ ਕਿ ਕਈ કરી ਲੂਜ ਗੜੇ ਕਰਕੇ ਇੱਥੋਂ ਤੱਕ ਗੱਲ ਗਈ ਆ ਜਾਂ ਕੋਈ ਹੋਰ ਕਾਰਨ ਆ ਪਰ ਜਿਵੇਂ ਮੈਂ ਕਿਹਾ ਕਿ ਫਿਰ ਅਸੀਂ ਕਿਸ ਤਰ੍ਹਾਂ ਮਤਲਬ ਕਿ ਬੇਹਰਮਤੀ ਤੋਂ ਬਿਲਕੁਲ ਕਹਿ ਲੋ ਕਿ ਫਾਰਗ ਹੋ ਜਾਵਾਂਗੇ ਬਿਲਕੁਲ ਮੁਕਤ ਹੋ ਜਾਵਾਂਗੇ ਕਿ ਜਦੋਂ ਤੱਕ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਬੇਅਦਬੀ ਜਿਹੜੀ ਆ ਉਹ ਹੋ ਜਾਏਗੀ